ਸਾਡੇ ਵਿੱਚ ਇੱਕੋ ਹੀ ਦੋਸਤ ਆ ਵੀ ਐਸੀ ਸੋਚ ਆ ਜਾਂਦੀ ਹੈ ਕਿ ਕਿਉਂਕਿ ਅਸਾਂ ਨਬੀ ਅਲੈਹਿ ਸਲਾਮ ਦੇ ਉਮਤੀ ਹਾਂ ਉਹ ਇੰਨੀ ਅਮਾਲ ਭੈੜੇ ਕਿਉਂ ਇਹ ਲੰਘ ਜਾਵਾਂਗੇ। ਭੈੜੇ ਅਮਾਲ ਲੈ ਕੇ ਲੰਘਣ ਨਾਲੋਂ ਚੰਗੇ ਅਮਾਲ ਲੈ ਕੇ ਲੰਘ ਜਾਣਾ ਬਿਹਤਰ ਨਹੀਂ ਹੈ। ਨਬੀ ਅਲੈਹਿ ਸਲਾਮ ਦੇ ਉਮਤੀ ਹਾਂ, ਸਭ ਇਸ ਗੱਲ 'ਤੇ ਨਾਜ਼ ਹੈ ਔਰ ਸਾਡਾ ਇਮਾਨ ਹੈ ਕਿ ਅਸੀਂ ਲੰਘ ਜਾਵਾਂਗੇ, ਲੇਕਿਨ ਇਹ ਹੈ ਕਿ ਭੈੜੇ ਅਮਾਲ ਲੈ ਕੇ ਲੰਘਣ ਨਾਲੋਂ ਚੰਗੇ ਅਮਾਲ ਲੈ ਕੇ ਲੰਘ ਜਾਣਾ ਬਿਹਤਰ ਨਹੀਂ ਹੈ। ਅਗਰ ਮੂੰਹ ਨੀਵਾ ਕਰਕੇ ਲੰਘ ਰਿਹਾ ਹੈ ਇਹ ਜਿਹੜਾ ਬਿਹਤਰ ਨਹੀਂ ਕਿ ਬੰਦਾ ਸਿਰ 'ਚ ਆ ਕੇ ਲੰਘ ਜਾਵੇ। ਤੂੰ ਅਗਰ ਕਿਆਮਤ ਆਉਂਦੇ ਸ਼ਰਮਿੰਦਾ ਹੋ ਕੇ ਲੰਘ ਰਿਹਾ ਹੈ, ਨਬੀ ਅਲੈਹਿ ਸਲਾਮ ਦੇ ਸਾਹਮਣੇ ਜਾਣ ਲੱਗਿਆ ਤੇਰੀ ਨਜ਼ਰਾਂ ਨੀਵੀਆਂ ਹੋਣ, ਇਹ ਜਿਹੜਾ ਇਹ ਨਹੀਂ ਚੰਗਾ ਕਿ ਹਜ਼ੂਰ ਵੇਖਿਆ ਤੇ ਫਰਮਾਇਆ ਕਿ ਵਾਹ ਮੇਰਾ ਉਮਤੀ ਆ ਗਿਆ, ਫਰਮਾਨ ਗਿਆ ਮੇਰਾ ਉਮਤੀ ਆ ਗਿਆ, ਔਰ ਫਰਮਾਨ ਆ ਮੇਰੇ ਨਾਲ ਰਲ ਕੇ ਜਾ। ਨਾਸ ਤੋਂ ਇਹ ਹੈ ਨਾ, ਸ਼ਾਨ ਤੋਂ ਇਹ ਹੈ ਨਾ, ਮਕਾਮ ਤੋਂ ਇਹ ਹੈ।